ਸਲਾਮੁਅਲੈਕੁਮ ਜੀ ਭਾਈ। ਲਓ ਭਰਾਈ, ਜਦੋਂ ਛੋਟੇ ਬੱਚਿਆਂ ਨੂੰ ਸਾਦਾ ਦਸਤ ਲੱਗਦਾ ਨਾ, ਕੁਛ ਦਸਤ ਹੁੰਦੇ ਨਾ ਕਿਸੇ ਬਿਮਾਰੀ ਦੀ ਵਜ੍ਹਾ ਤੋਂ ਦਰਦ ਪੀ ਰਹੀ ਹੈ, ਉਹਨੇ ਸਾਦੇ ਦਸਤ ਜਿਹੜੇ ਹੁੰਦੇ ਨੇ ਉਹ ਪਾਣੀ ਵਾਲੀਆਂ ਬਿੱਠਾਂ ਹੁੰਦੀਆਂ ਨੇ, ਨਰਾਂ ਬਿੱਠਾਂ ਹੁੰਦੀਆਂ ਨੇ, ਚੂਹੇ ਗੰਦੇ ਹੋ ਜਾਂਦੇ ਨੇ, ਬਦਬੂ ਉਹਦੇ ਨਾਲ ਛੁਆਉਂਦੀ ਹੈ। ਔਰ ਛੋਟੇ ਬੱਚਿਆਂ ਦਾ ਤੁਹਾਨੂੰ ਦੱਸਣ ਲੱਗਾ ਕਿ ਜਦੋਂ ਛੋਟੇ ਬੱਚਿਆਂ ਨੂੰ ਸਾਦਾ ਦਸਤ ਲੱਗਦੇ ਨੇ, ਇੱਕ ਤਾਂ ਸੁਸਤ ਹੋ ਜਾਂਦੇ ਨੇ, ਦੂਸਰੇ ਉਹਨਾਂ ਦੇ ਪਿੱਛੇ ਬਿੱਠਾ ਚੰਬੜ ਜਾਂਦੀਆਂ, ਇਹ ਉਹਨਾਂ ਦੀ ਅਲਾਮਤ ਹੈ। ਔਰ ਉਹਦਾ ਇਲਾਜ ਜਿਹੜਾ ਨਾ ਉਹ ਹੈ ਵੇ ਕਿ ਤੁਸੀਂ ਟੈਂਕਚਰ ਆਇਓਡੀਨ ਇੱਕ ਚਮਚਾ 4 ਲੀਟਰ ਪਾਣੀ ਦੇ ਵਿੱਚ ਪਾ ਕੇ, ਟੈਂਕਚਰ ਆਇਓਡੀਨ ਇੱਕ ਚਮਚਾ 4 ਲੀਟਰ ਯਾਨੀ 1 ਗੈਲਨ ਦੇ ਵਿੱਚ ਮਿਕਸ ਕਰਕੇ ਉਹ ਪਿਆਉਣਾ, ਔਰ ਬਰੀਕ ਚਾਵਲ ਦਾ ਟੋਟਾ ਹੁੰਦਾ ਉਹਨੂੰ ਪਕਾ ਕੇ ਦਹੀਂ ਮਿਕਸ ਕਰਕੇ ਉਹ ਖਵਾਉਣਾ, ਉਹਦੇ ਵਿੱਚ ਲੱਸੀ ਚਾਟੀ ਦੀ ਲੱਸੀ ਜਿਹਨੂੰ ਆਉਂਦੇ ਜਿਹਦੇ 'ਚ ਮੱਖਣ ਨਿਕਲਿਆ ਹੁੰਦਾ ਉਹ ਵੀ ਤੁਸੀਂ ਪਿਲਾ ਸਕਦੇ ਹੋ। ਇਹ ਜਿੰਨਾ 2-4 ਦਿਨ ਕਰੋਗੇ ਚਲੋ ਠੀਕ ਹੋ ਜਾਂਦਾ। ਅੱਲਾ ਹਾਫਿਜ਼।